ਸਾਡੀ ਰਿਕੁਐਸਟ ਆ ਨਸ਼ਿਆਂ ਬਾਰੇ ਸਭ ਨੂੰ ਚੱਕਿਆ ਜਾਵੇ, ਵੇਚਣ ਵਾਲਿਆਂ ਨੂੰ, ਛਡਾਉਣ ਵਾਲਿਆਂ ਨੂੰ। ਰੱਖੜੀਆਂ ਤੋਂ ਬਿਨਾਂ ਭੈਣਾਂ ਜਿਹੜੀਆਂ ਉਹ ਬਾਦ ਹੋ ਰਹੀਆਂ, ਇੱਥੇ ਕੋਈ ਵੀ ਨੌਜਵਾਨ ਜਿਹੜਾ ਉਹ ਨਸ਼ਿਆਂ ਤੋਂ ਬਿਨਾਂ ਨਹੀਂ ਰਹਿ ਰਿਹਾ। ਜਿਸ ਜਿਹੜਾ ਰੁੜ ਗਿਆ ਉਹ ਰੁੜ ਗਿਆ, ਬਾਕੀ ਤਮਾਸ਼ਗਿਰੀ ਦੁਨੀਆ ਬਹੁਤ ਆ, ਤਮਾਸ਼ਾ ਬਹੁਤ ਦੇਖਦਾ ਮੁਲਕ। ਜਿਹੜੀਆਂ ਮਾਵਾਂ ਰੋਂਦੀਆਂ, ਕਿਸੇ ਦਾ ਮਜ਼ਾਕ ਨਾ ਡਾਓ ਭੈਣੋ, ਇਹ ਪਤਾ ਨਹੀਂ ਕਿਹਦੇ ਤੇ ਕੀ ਬਣ ਜਾਣਾ। ਜੋ ਸਾਡੇ ਪਿੰਡ ਵਿੱਚ ਨਸ਼ਿਆਂ ਦਾ ਹਾਲ ਆ ਉਹ ਬਹੁਤ ਮਾੜਾ, ਘਰ ਘਰ ਹੀ ਵਿਕਦਾ ਤੇ ਘਰ ਘਰ ਹੀ ਸਮਝ ਲਓ ਹੈਗਾ, ਦੁਕਾਨਾਂ ਬੁੜੀਆਂ ਵੇਚਦੀਆਂ। ਪੰਜਾਬ ਦੇ ਪੇਂਡੂ ਵਿਰਸੇ ਦੇ ਵਿੱਚ ਤੀਆਂ ਦਾ ਤਿਉਹਾਰ ਇੱਕ ਅਹਿਮ ਤਿਉਹਾਰ ਮੰਨਿਆ ਜਾਂਦਾ ਸੀ, ਜੋ ਹੌਲੀ ਹੌਲੀ ਅਲੋਪ ਹੋ ਚੁੱਕਾ ਹੈ, ਜਿਸ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਲਈ ਕੁਝ ਪਿੰਡਾਂ, ਸ਼ਹਿਰਾਂ ਤੇ ਕਾਲਜ ਯੂਨੀਵਰਸਿਟੀਆਂ ਨੇ ਇਸ ਸੰਬੰਧੀ ਉਪਰਾਲੇ ਕਰਨੇ ਆਰੰਭ ਕਰ ਦਿੱਤੇ ਨੇ। ਪਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਧਾਰੀਵਾਲ ਬੇੜ ਦੀਆਂ ਔਰਤਾਂ ਤੇ ਮੁਟਿਆਰਾਂ ਨੇ ਨਿਵੇਕਲੇ ਢੰਗ ਦੇ ਨਾਲ ਤੀਆਂ ਦਾ ਤਿਉਹਾਰ ਮਨਾਉਣ ਦਾ ਉਪਰਾਲਾ ਕੀਤਾ ਹੈ। ਉਹਨਾਂ ਦੇ ਵੱਲੋਂ ਤੀਆਂ ਦਾ ਇਹ ਤਿਉਹਾਰ ਮਨਾ ਕੇ ਨਸ਼ਿਆਂ ਕਾਰਨ ਗੁਰਾਹੇ ਪਏ ਪੰਜਾਬ ਦੇ ਨੌਜਵਾਨੀ ਨੂੰ ਮੁੜ ਸਿੱਧੇ ਰਸਤੇ ਪਾਉਣ ਦਾ ਯਤਨ ਕੀਤਾ ਗਿਆ ਹੈ। ਇਸ ਮੌਕੇ ਪਿੰਡ ਦੀਆਂ ਮੁਟਿਆਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਵੀਰ ਨਸ਼ਿਆਂ ਦੇ ਨਾਲ ਖਤਮ ਹੋ ਰਹੇ ਨੇ, ਜੇਕਰ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨਣ ਤੋਂ ਵੀ ਵਾਂਝੀਆਂ ਹੋ ਜਾਣਗੀਆਂ। ਉਹਨਾਂ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਕਾਰੋਬਾਰ ਕਰਦੇ ਹਰ ਵਿਅਕਤੀ ਦਾ ਸਮਾਜਿਕ ਬਾਈਕਾਟ ਕਰਨ। ਬੇਸ਼ੱਕ ਤੀਆਂ ਦਾ ਤਿਉਹਾਰ ਔਰਤਾਂ ਦੇ ਲਈ ਹਾਸੇ ਤੇ ਮਨੋਰੰਜਨ ਦਾ ਮੌਕਾ ਹੁੰਦਾ ਹੈ, ਪਰ ਹਰ ਰੋਜ਼ ਸਿਵਿਆਂ ਦੇ ਰਾਹ ਪੈ ਰਹੇ ਗੱਭਰੂ ਪੁੱਤਾਂ ਪ੍ਰਤੀ ਚਿੰਤਤ ਔਰਤਾਂ ਗੱਲਬਾਤ ਦੌਰਾਨ ਭਾਵੁਕ ਹੋ ਗਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਫਤਿਹ। ਅਸੀਂ ਛੋਟਾ ਜਿਹਾ ਫੰਕਸ਼ਨ ਇਸ ਕਰਕੇ ਕੀਤਾ ਸੀਗਾ, ਸਾਡਾ ਨਸ਼ੇ ਬਾਰੇ ਜ਼ਿਆਦਾ ਦੱਸ ਹੋ ਜਾਏ, ਅਸੀਂ ਤਾਂ ਹੀ ਇਕੱਠ ਕੀਤਾ ਸੀਗਾ, ਨਾਲੇ ਸਾਡੀਆਂ ਬੱਚੀਆਂ ਫੰਕਸ਼ਨ ਮਨਾ ਲੈਣ, ਨਾਲੇ ਸਾਡਾ ਨਸ਼ਿਆਂ ਬਾਰੇ ਸਾਡੇ ਭਰਾ ਵੀ ਇੱਥੇ ਆਉਣਗੇ, ਪਹੁੰਚਣਗੇ, ਸਾਡੇ ਵੱਲ ਦੇਖ ਕੇ ਇਹ ਵੀ ਇਕੱਠ ਕਰਨਗੇ। ਜਿਹੜੀਆਂ ਭੈਣਾਂ ਮਾਵਾਂ ਦੇ ਪੁੱਤ ਡੁੱਬਦੇ ਜਾਂਦੇ ਆ, ਉਹਨਾਂ ਮਾਵਾਂ ਕੋਲ ਸਾਡਾ ਹਾਲ ਨਹੀਂ ਦੇਖ ਹੁੰਦਾ। ਸਾਡੀ ਰਿਕੁਐਸਟ ਆ ਨਸ਼ਿਆਂ ਬਾਰੇ ਸਭ ਨੂੰ ਚੱਕਿਆ ਜਾਵੇ, ਵੇਚਣ ਵਾਲਿਆਂ ਨੂੰ, ਛਡਾਉਣ ਵਾਲਿਆਂ ਨੂੰ ਸਖ਼ਤ ਸਖ਼ਤ ਸਜ਼ਾ ਹੋਵੇ। ਇੱਕ ਬੰਨਿਓ ਫੜ ਕੇ ਲੈ ਕੇ ਜਾਂਦੇ, ਦੂਜੇ ਬੰਨਿਓ ਛਡਾ ਲੈਂਦੇ ਆ, ਅਤੇ ਜਿਹੜੀਆਂ ਮਾਵਾਂ ਰੋਂਦੀਆਂ, ਕਿਸੇ ਦਾ ਮਜ਼ਾਕ ਨਾ ਡਾਓ ਭੈਣੋ, ਇਹ ਪਤਾ ਨਹੀਂ ਕਿਹਦੇ ਤੇ ਕੀ ਬਣ ਜਾਣਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਅੱਜ ਪਿੰਡ ਧਾਲੀਵਾਲ ਬੇਟ ਵਿੱਚ ਤੀਆਂ ਦਾ ਇਕੱਠ ਇਕੱਠਾ ਕੀਤਾ। ਅਸੀਂ ਇਹ ਮੋਟਿਵ ਰੱਖਦੇ ਹੋਏ ਕੀਤਾ ਕਿ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਆ ਉਹ ਨਸ਼ਿਆਂ 'ਚ ਬਹੁਤ ਜ਼ਿਆਦਾ ਡੁੱਬ ਰਹੇ ਆ, ਅਤੇ ਦਿਨੋਂ ਦਿਨ ਸਾਡੇ ਪਿੰਡ ਦੀ ਆਬਾਦੀ ਇੰਨੀ ਘੱਟ ਰਹੀ ਆ ਕਿ ਰੱਖੜੀਆਂ ਤੋਂ ਬਿਨਾਂ ਭੈਣਾਂ ਜਿਹੜੀਆਂ ਉਹ ਬਾਦ ਹੋ ਰਹੀਆਂ, ਇੱਥੇ ਕੋਈ ਵੀ ਨੌਜਵਾਨ ਜਿਹੜਾ ਉਹ ਨਸ਼ਿਆਂ ਤੋਂ ਬਿਨਾਂ ਨਹੀਂ ਰਹਿ ਰਿਹਾ। ਇਸ ਕਰਕੇ ਸਾਡੇ ਪਿੰਡ ਨੂੰ ਇਹੀ ਅਪੀਲ ਆ ਕਿ ਜਿਹੜੇ ਸਾਡੇ ਪਿੰਡ ਦੇ ਮੇਨ ਬੰਦੇ ਆ ਉਹ ਨੌਜਵਾਨ ਅੱਗੇ ਹੋ ਕੇ ਪਿੰਡ ਦੇ ਜਿਹੜੇ ਮੁੰਡੇ ਨਸ਼ੇ ਕਰ ਰਹੇ ਆ ਉਹਨਾਂ ਨੂੰ ਫੜ ਕੇ ਜਾਂ ਤਾਂ ਪੁਲਿਸ ਤੋਂ ਫੜਾਉਣ, ਜਾਂ ਤਾਂ ਉਹਨਾਂ ਦਾ ਕੋਈ ਇਲਾਜ ਕਰਨ, ਅਤੇ ਜਾਂ ਫਿਰ ਮੁੰਡੇ ਜਿਹੜੇ ਨਸ਼ੇ ਕਰਦੇ ਆ ਜਾਓ ਜੋ ਕੋਈ ਉਹਨਾਂ ਨੂੰ ਵੇਚ ਰਿਹਾ, ਅੱਗੇ ਹੋ ਕੇ ਪਲੀਜ਼ ਕਿਰਪਾ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਲਿਆ ਕੇ ਪੁਲਿਸ ਦੇ ਅੱਗੇ ਖੜੋ ਅਤੇ ਸਾਡੇ ਜਿਹੜੇ ਵੀਰ ਆ ਉਹਨਾਂ ਨੂੰ ਬਚਾਓ। ਹਾਂਜੀ ਗੁਰੂ ਪਿਆਰਿਓ, ਸਾਡੇ ਪਿੰਡ ਦਾ ਬਹੁਤ ਮਾਹੌਲ ਮਾੜਾ, ਘਰ ਘਰ ਦੀ ਨਸ਼ੇ ਦੀ ਗੱਲ ਆ, ਇੱਕ ਘਰ ਦੀ ਨਹੀਂ ਘਰ ਘਰ ਦੀ ਕਹਾਣੀ ਆ। ਜਿਸ ਜਿਹੜਾ ਰੁੜ ਗਿਆ ਉਹ ਰੁੜ ਗਿਆ, ਬਾਕੀ ਤਮਾਸ਼ਗਿਰੀ ਦੁਨੀਆ ਬਹੁਤ ਆ, ਤਮਾਸ਼ਾ ਬਹੁਤ ਦੇਖਦਾ ਮੁਲਕ। ਜੇ ਪਿੰਡ ਦਾ ਏਕਾ ਹੋਵੇ ਤਾਂ ਇਹ ਗੱਲ ਹੋ ਵੀ ਨਹੀਂ ਸਕਦੀ, ਹੈ ਨਾ, ਇਹ ਗੱਲ ਆ। ਬਾਕੀ ਸਾਰੀ ਸੰਗਤ ਨੂੰ ਪਤਾ ਗੁਰੂ ਪਿਆਰਿਓ, ਮੈਂ ਇਕੱਲੀ ਕੀ ਕਹਿ ਸਕਦੀ ਸਾਰਾ ਕੁਛ, ਪਰ ਹਾਂ ਜੋ ਸਾਡੇ ਪਿੰਡ ਵਿੱਚ ਨਸ਼ਿਆਂ ਦਾ ਹਾਲ ਆ ਉਹ ਬਹੁਤ ਮਾੜਾ, ਘਰ ਘਰ ਹੀ ਵਿਕਦਾ ਅਤੇ ਘਰ ਘਰ ਹੀ ਸਮਝ ਲਓ ਹੈਗਾ, ਦੁਕਾਨਾਂ ਬੁੜੀਆਂ ਵੇਚਦੀਆਂ, ਬੰਦੇ ਵੇਚਦੇ, ਨਿਆਣੇ ਵੇਚਦੇ, ਘਰ ਘਰ ਦੀ ਇੱਕ ਹੈਗੀ ਕਹਾਣੀ। ਜਿਹੜਾ ਰੁੜ ਗਿਆ ਉਹ ਰੁੜ ਗਿਆ, ਅਤੇ ਤਮਾਸ਼ਾ ਦੇਖਣ ਵਾਲੀ ਦੁਨੀਆ ਬੜੀਆਂ ਤਾੜੀਆਂ ਲਾਉਂਦੀ, ਤਮਾਸ਼ਾ ਵੀ ਵੇਖਦੇ ਆ। ਇਹ ਬਹੁਤ ਵਧੀਆ ਪ੍ਰੋਗਰਾਮ, ਤੀਆਂ ਦਾ ਤਿਉਹਾਰ ਹੈਗਾ ਸਾਡਾ ਸੱਭਿਆਚਾਰ ਦਾ ਹਿੱਸਾ, ਪਰ ਹੁਣ ਇਹਦੀ ਜਗ੍ਹਾ ਜਿਹੜੀ ਮੋਬਾਈਲਾਂ ਨੇ, ਨੈੱਟ ਨੇ ਲੈ ਲਈ ਆ, ਬਹੁਤ ਘੱਟ ਜਿਹੜੀਆਂ ਤੀਆਂ ਜਿਹੜੀਆਂ ਮਨਾਈ ਜਾਂਦੀਆਂ। ਪੁਰਾਣੇ ਜ਼ਮਾਨੇ ਵਿੱਚ ਲੜਕੀਆਂ ਆਪਣੇ ਸਹੁਰੇ ਘਰ ਤੋਂ ਪੇਕੇ ਘਰ ਆਉਂਦੀਆਂ ਸੀ, ਔਰ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਅਤੇ ਉਹ ਤੀਆਂ ਦਾ ਤਿਉਹਾਰ ਮਨਾਉਂਦੀਆਂ, ਜਿਹਦੇ ਨਾਲ ਪਿੰਡ ਦਾ ਮਾਹੌਲ ਸੱਭਿਆਚਾਰਕ ਪ੍ਰੋਗਰਾਮ ਬਣਦਾ ਸੀ ਔਰ ਲੋਕਾਂ ਦੀ ਸਾਂਝ ਜਿਹੜੀ ਉਹ ਬਣਦੀ ਸੀ। ਹੁਣ ਇਹ ਸਮਾਂ ਜਿਹੜਾ ਬਹੁਤ ਐਡਵਾਂਸ ਹੋ ਗਿਆ, ਨੈੱਟ ਨੇ ਮੋਬਾਈਲਾਂ ਨੇ ਇਹ ਜਗ੍ਹਾ ਲੈ ਲਈ ਆ, ਵੈਸੇ ਸਾਡਾ ਜਿਹੜਾ ਵਿਰਸਾ ਆ ਉਹਨੂੰ ਅਸੀਂ ਜ਼ਰਾ ਭੁੱਲਦੇ ਜਾਂਦੇ ਹਾਂ। ਇੰਦਰਜੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦ ਟੀਵੀ, NRI।